चलिए। हाँ जी हाँ जी, बलजीत कौर ये मेरे फादर साहब आ। की नाम है मेरा? मेरे फादर का नाम बलदेव सिंह विरदे। ਕਿੱਥੋਂ ਰਹਿਣ ਵਾਲੇ ਹੋ? ਅਸੀਂ ਸੁਲਤਾਨਪੁਰ ਦੇ ਹਾਂ। ਸਾਡਾ ਪਹਿਲਾ ਪਿੰਡ ਵਾਟਾਂ ਵਾਲੀ ਕਲਾਂ ਵਾ ਤੇ ਮੇਰੇ ਫਾਦਰ ਸਾਹਿਬ ਫਿਲਪਾਈਨ ਗਏ ਸੀਗੇ। ਉਹ 2018 ਦੇ ਵਿੱਚ ਗਏ ਸੀ, ਟੂਰਿਸਟ ਵੀਜ਼ੇ ਤੇ ਗਏ ਸੀਗੇ ਤੇ ਵੀਜ਼ਾ 15 ਦਿਨ ਦਾ ਸੀ ਉਹਨਾਂ ਦਾ। ਮਹੀਨੇ ਬਾਅਦ ਉਹ ਵਾਪਸ ਆ ਰਹੇ ਸੀ ਉੱਥੋਂ ਤੇ ਉਹਨਾਂ ਨੇ ਉੱਥੇ ਰੋਕ ਲਿਆ ਏਅਰਪੋਰਟ ਤੇ। ਉਹਨਾਂ ਨੂੰ ਇਨਵੈਸਟੀਗੇਸ਼ਨ ਉਹਨਾਂ ਦੀ ਚੱਲੀ ਆ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਵਾ ਤੇ ਜ਼ੁਰਮ ਉਹ ਕਹਿੰਦੇ ਸੀਗੇ ਕਿ ਇਹਨਾਂ ਦਾ ਨਾਮ ਬਲਦੇਵ ਸਿੰਘ ਨਾਮ ਦੇ ਨਾਲ ਮੈਚ ਕਰਦਾ। ਕੋਈ ਬੰਦਾ ਸੀਗਾ ਬਲਦੇਵ ਸਿੰਘ, ਉਹਨਾਂ ਦੇ ਨਾਮ ਦੇ ਨਾਲ ਇਹਨਾਂ ਦਾ ਨਾਮ ਮੈਚ ਕਰਦਾ ਸੀਗਾ। ਇਹਨਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਸੀ? ਇਹਨਾਂ ਨੇ ਕੋਈ ਜ਼ੁਰਮ ਨਹੀਂ ਕੀਤਾ ਸੀ, ਇਹ ਤਾਂ ਸਿਰਫ ਘੁੰਮਣ ਗਏ ਸੀ ਤੇ ਉੱਥੋਂ ਵਾਪਸ ਹੀ ਆ ਰਹੇ ਸੀਗੇ ਤੇ ਉਹਨਾਂ ਨੇ ਉਸ ਤੋਂ ਬਾਅਦ ਚ ਕਿਹਾ ਕਿ ਹਾਂਜੀ ਉਹਨਾਂ ਨੇ ਉਸ ਤੋਂ ਬਾਅਦ ਕਿਹਾ ਕਿ ਇਹ ਨਾਮ ਉਸ ਨਾਮ ਨਾਲ ਮੈਚ ਕਰਦਾ ਬਲਦੇਵ ਸਿੰਘ ਨਾਲ ਤੇ ਉਹਨਾਂ ਨੂੰ ਉੱਥੇ ਰੱਖਿਆ ਗਿਆ। ਇਹਨਾਂ ਦੇ ਨਾਲ ਏਅਰਪੋਰਟ ਤੇ ਕੀ ਗੱਲਬਾਤ ਹੋਈ? ਇਹ ਸਾਨੂੰ ਨਹੀਂ ਪਤਾ ਹੈਗਾ ਕਿਸੇ ਵੀ ਗੱਲ ਦਾ ਕਿ ਇਹਨਾਂ ਨਾਲ ਕੀ ਗੱਲਬਾਤ ਹੋਈ, ਇਸ ਗੱਲ ਦਾ ਨਹੀਂ ਸਾਨੂੰ ਪਤਾ। ਇਹ ਵੀ ਦੱਸਿਆ ਜਾਣਾ ਕਿ ਲੈਂਗੁਏਜ ਟ੍ਰਬਲ ਸੀ ਇਹਨਾਂ ਨੇ ਆਪਣੇ ਆਪ ਲੈਂਗੁਏਜ ਤਾਂ ਇਹਨਾਂ ਨੂੰ ਜਦੋਂ ਉੱਥੇ ਅਦਾਲਤ ਦੇ ਵਿੱਚ ਲੈ ਕੇ ਗਏ ਸੀ ਤੇ ਉੱਥੇ ਪੁੱਛਿਆ ਗਿਆ ਸੀਗਾ ਵੀ ਇਹਨਾਂ ਨੂੰ ਨਾਂ ਪੁੱਛਿਆ ਗਿਆ ਸੀ, ਇਹਨਾਂ ਨੂੰ ਲੈਂਗੁਏਜ ਦਾ ਆਉਂਦੀ ਨਹੀਂ ਸੀ ਬਿਲਕੁਲ ਵੀ, ਇਸ ਲਈ ਇਹਨਾਂ ਨੂੰ ਇਹਨਾਂ ਨੇ ਹਾਂ ਦੇ ਵਿੱਚ ਸਿਰ ਹਿਲਾਤਾ। ਉਹਨਾਂ ਨੇ ਤਾਂ ਇਹਨਾਂ ਨੂੰ ਕੋਈ ਜੁਰਮ ਬਾਰੇ ਪੁੱਛਿਆ ਸੀਗਾ ਕਿ ਤੂੰ ਉਹੀ ਬੰਦਾ ਵਾਂ ਤੇ ਇਹਨਾਂ ਨੇ ਆਪਣਾ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ। ਇਹਨਾਂ ਨੂੰ 5 ਸਾਲ ਜਿਹਾ ਉੱਥੇ ਰਹੇ ਆ। ਹਾਂਜੀ, ਤੁਹਾਨੂੰ ਅਜੇ ਤੱਕ ਪਤਾ ਹੈਗਾ ਕਿ ਕੀ ਜੁਰਮ ਕੀਤਾ ਸੀ ਜਿਹੜੇ ਇਹਨਾਂ ਦੇ ਉੱਪਰ ਜੁਰਮ ਪਾਇਆ ਗਿਆ, ਜਾਂ ਮਤਲਬ ਕੀ ਜੁਰਮ ਸੀਗਾ ਉਹ ਬਲਦੇਵ ਸਿੰਘ ਦਾ? ਨਹੀਂ, ਸਿਰਫ ਸਾਨੂੰ ਇੰਨੇ ਦੱਸਿਆ ਗਿਆ ਕਿ ਇਹਨਾਂ ਦਾ ਨਾਮ ਮੈਚ ਕਰਦਾ ਵਾ ਬੰਦੇ ਨਾਲ, ਉਹ ਇਹ ਬੰਦਾ ਉਹ ਆ ਜਿਹੜਾ ਨਾਮ ਇਹਨਾਂ ਦਾ ਮੈਚ ਕਰਦਾ ਸੀਗਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਕਾਰਵਾਈ ਇੱਥੋਂ ਸ਼ੁਰੂ ਕੀਤੀ ਬਾਬਾ ਜੀ ਰਾਹੀਂ ਤੇ ਉਹ ਫਿਰ ਜਗਮੋਹਨ ਭਾਜੀ ਹੋਣੀ ਆਪਣੀ, ਹਾਂਜੀ ਉੱਥੇ ਇਹਨਾਂ ਬਾਬਾ ਜੀ ਨੇ ਉੱਥੇ ਬੰਦਾ ਲਾਇਆ ਜਗਮੋਹਨ ਸਿੰਘ ਭਾਜੀ ਸੀਗੇ ਸੇਵਾਦਾਰ ਤੇ ਉਹਨਾਂ ਦੇ ਥਰੂ ਸਾਡਾ ਜਿਹੜਾ ਕੇਸ ਚੱਲਿਆ ਵਾ ਤੇ ਗੱਲਬਾਤ ਗਾਂ ਚੱਲਦੀ ਗਈ ਆ। ਜਦ ਤੱਕ ਉਹਨਾਂ ਨੇ ਕੇਸ ਸ਼ੁਰੂ ਕੀਤਾ ਉਦ ਤੱਕ ਲੋਕਡਾਊਨ ਲੱਗ ਚੁੱਕਾ ਸੀ ਤੇ ਫਿਰ ਸਾਡਾ ਕੰਮ ਜਿਹੜਾ ਸਾਰਾ ਡਿਲੇ ਪਿੱਛੇ ਹੋ ਗਿਆ, ਉਹ ਪੈਂਡਿੰਗ ਚਲਾ ਗਿਆ। ਤੇ ਫਿਰ ਉਹਨਾਂ ਨੇ 1 ਸਾਲ ਦਾ ਇਹਨਾਂ ਨੂੰ ਕਹਿਤਾ ਕਿ ਇਹ ਕਿਤੇ ਨਹੀਂ ਜਾ ਸਕਦੇ, ਇੰਡੀਆ ਨਹੀਂ ਜਾ ਸਕਦੇ, 1 ਸਾਲ ਦਾ ਇਹਨਾਂ ਤੇ ਬੈਨ ਲਗਾ ਦਿੱਤਾ ਗਿਆ। ਅੱਛਾ, ਜਿੱਦਾਂ ਦੱਸ ਰਹੇ ਸੀ ਕਿ 2 ਜੁਰਮਾਂ ਦੇ ਵਿੱਚ ਆਪਣੇ ਮਤਲਬ ਕਿ ਇਹਨਾਂ ਨੂੰ ਉੱਥੇ ਬੰਦ ਕਰ ਦਿੱਤਾ। ਹਾਂਜੀ, ਉਸ ਤੋਂ ਬਾਅਦ ਕਹਿੰਦੇ ਕਿ ਉੱਥੇ ਵੀ ਸ਼ਾਇਦ ਇਹਨਾਂ ਦੀ ਕੋਈ ਲੜਾਈ ਹੋ ਗਈ ਸੀ? ਹਾਂਜੀ, ਇਹਨਾਂ ਦੇ ਅੰਦਰ ਕਿਉਂਕਿ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਸੀਗੇ, ਜ਼ਿਆਦਾ ਲੌਂਗ ਟਾਈਮ ਰਹਿਣ ਦਾ ਕਰਕੇ ਮੈਂਟਲੀ ਅਪਸੈਟ ਹੋ ਗਏ ਸੀਗੇ ਤੇ ਜਿਹਦਾ ਕਰਕੇ ਬੰਦੇ ਵੀ ਅੰਦਰ ਤੰਗ ਕਰਨ ਲੱਗ ਪਏ, ਇਹਨਾਂ ਨੂੰ ਟੌਰਚਰ ਕਰਨ ਲੱਗ ਗਏ ਤੇ ਮੈਂਟਲੀ ਅਪਸੈਟ ਹੋਣ ਦਾ ਕਰਕੇ ਵੀ ਇਹਨਾਂ ਦੀ ਅੰਦਰ ਲੜਾਈ ਹੋ ਗਈ ਸੀ। ਉਹ ਵੀ ਇਹਨਾਂ ਦਾ, ਹਾਂਜੀ ਉਹ ਵੀ ਕੇਸ ਪੈ ਗਿਆ ਇਹਨਾਂ ਤੇ, ਤੋ ਇਹਨਾਂ ਤੇ 2-3 ਕੇਸ ਹੋ ਗਏ ਸੀਗੇ ਪਰ ਇਹਨਾਂ ਨੇ ਕੀਤਾ ਕੁਛ ਨਹੀਂ। ਜਿਹੜਾ ਤੁਸੀਂ ਦੱਸ ਰਹੇ ਸੀ ਕਿ ਹੁਣ 5 ਸਾਲ, ਉਹ ਕਹਿ ਰਹੇ ਸੀ 2.5 ਸਾਲ, ਉਹ ਕਿਉਂ?
क्योंकि वो मेंटली अपसेट हो चुके हैं ना, तो उन्होंने इस चीज़ की कोई नॉलेज नहीं हैगी भी मैं कितना टाइम रहा तो कितना टाइम रही। सही गल कोई सही गल नहीं कर पा रहे हैं। वह घर भी जिदा लेके आए हैं डरते आ, गल नहीं चंगी तरह करते, हर चीज़ तो डरते आ। 5 साल बाद वापसी कितना हुई? 5 साल बाद वापसी असी बाबा जी ने गल की सी सारी, उन्होंने उत्ते बंदा लाया सी, फिर कार्रवाई साड़ी बहुत लंबा टाइम चली आ, 4 साल तो लगातार साड़ी कार्रवाई चलती आ रही आ, ते बाबा जी दा करके ही सारा कुछ होया वा, उन्होंने थ्रू ही साड़े पापा बाहर आए। इतने चंगा कारोबार भी सी दसदे? हाँ जी सारा काम बहुत वधिया सी, कारोबार बहुत वधिया सीगा, पर थोड़ा चाहते सी कि बाहर अंदर जावा होर काम देखा मैं, उत्ते जाके भी काम दे विच होर वाधा हो सके। मतलब जेड़ा तशद्दुद दे नाल चलिया ते ओ मानसिक तौर ते काफी हाँ जी अंदर फारू पै गया। हाँ जी वो इस टाइम बहुत ज्यादा अपसेट हो चुके हैं मेंटली, कोई गल नहीं सही तरह कर पा रहे गए, सही तरह जवाब नहीं देंदे गल दा। जसविंदर सिंह जी मेरा नाम है जी। मेरे फादर साहब सरदार बलदेव सिंह जी जो कुछ टाइम पहला अमरीले जाने बारे सोचते पे सी, ते उन्होंने मानसिक घूम फिर के आना वा, चलो काम कार प्रति भी कहिंदे खोज करांगे उत्थे जाके, ते ओ फिर फिलपाइन। हाँ जी इत्थे फर्नीचर दा साडा आपदा काम आ, काम परमात्मा दी कृपा नाल बहुत वधिया चली जा रहा वा, ते उन्हां दा सिर्फ मानसिक घूम फिर के आना वा, ते उन्हां नूं फिर उन्होंने अपना उन्होंने 15 दिनों का वीजा कह लो मिलिया वा, वह फिर उत्थे कुछ टाइम रहे घूमे फिरे आ, ते बाद विच उन्हां मन किया चलो महीने बाद वापस आना उन्होंने सोचा, ते जो वापस आने लगे सी ते उन्हां नूं उत्थे उन्होंने बिठा लिया कह लो, क्योंकि उन्होंने अपने ना अपने बलदेव सिंह नाँ की उन्होंने कोलों क्लीयरेंस नहीं है सी। उत्थे फलवाइन का रूल हैगा कि हर बंदा कह लो जिहड़ा उत्थे पहुँचता वा जां जिहड़ा उत्थे वापस आउंदा वा उस बंदे को अपने नाम की क्लीयरेंस होनी बहुत जरूरी है। उन्होंने रिकॉर्ड के बलदेव सिंह नाँ के कई बंदे आए, उन्होंने उपर केस चलते पे सी, तो उतों की चलो गवर्नमेंट कह लो ज आप कह सकते हैं उन्होंने कह दिता कि बलदेव सिंह उही इन्होंने रोक लिया उन्होंने। हाँ जी उन्होंने गलबात की, तो इन्हों उ कोई भाषा बारे नॉलेज नहीं सी, ना कोई जानकारी सी, फिर ये उत्थे फिर उन्होंने इन्होंने अंदर कर दिता अरैस कर लिया इन्होंने। फिर कुछ टाइम बाद इन्होंने कोर्ट च पेश किया गया, तो कोर्ट च पेश किया तो गया कि उन्होंने को क्लीयर करना सी बलदेव सिंह यही है जी। उस टाइम डैडी उन्होंने कोई अपना मेन ट्रांसलेटर कोई बंदा है नहीं सी। कोर्ट ने उन्होंने सवाल किया कि तुसी जुर्म किया वा, तो इन्हों इन्ना नहीं ध्यान से सी, उन्होंने जुल्म बारे पूछा कि जां मेरे नाम बारे पूछा, उन्होंने बलदेव सिंह का नाँ लिया तो इन्होंने सिर मार दिता कि हाँ बलदेव सिंह मैं हाँ। उस तो बाद कोर्ट ने तो जो उन्होंने तो अपना क्वेश्चन होर कुछ क्वेश्चन किया वा, इन्होंने सवाल करता कि मैं बलदेव सिंह हाँ, तो उन्होंने कोर्ट ने कहता कि बलदेव सिंह अपना जुर्म कबूल गया वा। तो हुण बलदेव सिंह नाँ के कई केस चलते पे सी, तो वह सारे केस जिन्हें भी 2-4 कोर्टां च चलते पे सी वह फिर सारे केस इन्हां उपर थोपे गए कह लो। फिर असीं बाबा जी ने गल की, तो बाबा जी ने अपना सेवादार जगमोहन भाजी उन्होंने लाया, फिर जी उन्होंने साडा बहुत ज़्यादा साढ़े नाल परिवारिक तौर पर गलबात वधिया की उन्होंने, तो बहुत ज़्यादा साढ़े नाल ध्यान दिता, वो डैडी होना मेरे नाल गलबात करते रहे अंदर। तो डैडी होना उतो वापसी का हूँ अपने 5 साल बाद वापस आए उतो जी, 5 साल जेल बिना जुर्म बिना किसी जुर्म तो। उस तो अंदर जो अंदर रहे तो अंदर इंडियन होर बहुत तरह के बंदे अंदर कई देशों तो है, बस एक माइंड अपसेट रहे अंदर, स्ट्रेस बहुत रह गया कि मतलब ये मेरे नाल की हो गया, मैं कारोबार करने वाला बंदा मेरे नाल की बन गया। बहुत दुनिया इदां फस रही है, बेकसूर सजा भुगत रही है, बाबा जी का असीं शुक्रिया कर नहीं सकते कि उन्होंने इन्ना साडा मतलब बहुत ज्यादा सारा काम उन्होंने देन नाल होया। बाबा जी ने अपने सेवादार जगमोहन भाजी लाया, उन्होंने उन्होंने बहुत सारा काम उन्होंने देना होया। असीं छोटे हुंदे बाबा जी को आ रहे हैं, डैडी होनी मेरे बहुत बाबा जी ने सेवा करते शुरू तो जुड़े पे आ, हाँ असीं पूरे बहुत वधिया साढ़े पिता श्री साढ़े को पहुंच गया, इस तो वो खुशी हो नहीं सकती। धन्यवाद कर दो बाबा जी।
ਬਾਬਾ ਜੀ ਦਾ ਬਹੁਤ ਧੰਨਵਾਦ ਹੈ ਦਿਲ ਤੋਂ। ਬਾਬਾ ਜੀ ਜਿੱਦਾਂ ਇੱਕ ਮਹੀਨੇ ਦੇ ਵਿੱਚ 15 ਕੁੜੀਆਂ ਤੁਸੀਂ ਜਿਹੜੀਆਂ ਅਰਧ ਕੰਟਰੀ ਤੋਂ ਲੈਂਦੀਆਂ, ਹੁਣ ਫਲਪਾਈਨ ਦੇ ਵਿੱਚੋਂ ਸਰਦਾਰ ਦੁਦੇਵ ਸਿੰਘ ਜੀ ਨੂੰ ਵਾਪਸੀ ਹੋਈ ਹੈ, ਪੂਰੀ ਕਹਾਣੀ ਕੀ ਸੀ? ਜਿਹੜਾ ਹੈਗਾ ਅਸੀਂ ਕਾਫੀ ਸਮੇਂ ਤੋਂ ਫਲਪਾਈਨ ਜਾਂਦੇ ਰਹਿੰਦੇ ਹਾਂ। ਉੱਥੇ ਜਿਹੜੀ ਇਹਨਾਂ ਦੀ ਸਮੱਸਿਆ ਹੈਗੀ ਆ, ਇਧਰ ਤਾਂ ਆਪਾਂ ਜਦੋਂ ਕਿਸੇ ਦੀ ਕੋਠੀ ਦੇਖ ਲੈਂਦੇ ਹਾਂ ਤੇ ਅਸੀਂ ਕਹਿੰਦੇ ਸਾਡਾ ਮੁੰਡਾ ਵੀ ਬਾਹਰ ਜਾਣਾ ਚਾਹੀਦਾ, ਪਰ ਉੱਥੇ ਜਿਹੜਾ ਕੋਈ ਹਜੇ ਤੱਕਰ ਜ਼ਿਆਦਾ ਪ੍ਰਚਲਿਤ ਧੰਦੇ ਨਹੀਂ, ਜਿਹੜਾ ਧੰਦਾ ਹੈ ਉਹ ਆਪਾਂ ਇੱਥੇ ਵੀ ਕਰੀਏ ਤੇ ਆਪਾਂ ਉਦੋਂ ਵੱਧ ਰੁਜ਼ਗਾਰ ਲੈ ਸਕਦੇ। ਜਿਸ ਤਰ੍ਹਾਂ ਇਹਨੇ ਦੱਸਿਆ ਵਧੀਆ ਇਹਦਾ ਕੰਮ ਚੱਲਦਾ ਸੀ, ਬੰਦਾ ਕਾਰੀਗਰ ਸੀ, ਇੱਥੇ ਸੇਵਾ ਕਰਨ ਵਾਲਾ ਸੀ, ਸਾਨੂੰ ਲੰਬੇ ਸਮੇਂ ਤੋਂ ਜਾਣਦਾ। ਉਹ ਸਾਨੂੰ ਨਹੀਂ ਇਹਨਾਂ ਨੇ ਦੱਸਿਆ ਕਿ ਇਹਨੂੰ ਅਸੀਂ ਬਾਹਰ ਭੇਜਣਾ, ਜਾਂ ਉਹਨੇ ਕਿਹਾ ਵੀ ਅਸੀਂ ਬਾਬਾ ਜੀ ਮੈਂ ਫਲਪਾਈਨ ਜਾਣਾ ਤੇ ਜਾਣਾ ਤਾਂ ਉੱਥੇ ਕੁਛ ਨਹੀਂ, 15 ਦਿਨਾਂ ਦਾ ਵੀਜ਼ਾ ਲੈ ਕੇ ਕੋਈ ਵੀ ਜਾ ਸਕਦਾ, ਜਿੱਦਾਂ ਸਿੰਗਾਪੁਰ ਦਾ ਵੀਜ਼ਾ ਹੈਗਾ ਤਾਂ ਜਾ ਕੇ ਫਲਪਾਈਨ 'ਚ ਜਾ ਸਕਦਾ, ਕੋਈ ਉੱਥੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਪਰ ਜਦੋਂ ਅਸੀਂ ਉਹ ਜਿਹੜੀ ਚੀਜ਼ ਨੂੰ ਉੱਥੇ ਚਲੇ ਜਾਂਦੇ ਹਾਂ ਜਾਂ ਉੱਥੇ ਸਾਨੂੰ ਏਜੰਟ ਲੈ ਲੈਂਦਾ ਸੀ ਉਹ ਪਰ ਸਟੇ ਹੋ ਜਾਂਦੇ ਹਾਂ, ਜਾਂ ਜਦੋਂ ਅਸੀਂ ਐਂਟਰ ਹੁੰਦੇ ਹਾਂ ਜਦੋਂ ਬਲਦੇਵ ਸਿੰਘ ਨਾ ਆਊਗਾ ਤਾਂ ਉਹਦੇ ਨਾਲ ਅੱਠ ਨਾ ਹੋਰ ਆ, ਅੱਠ ਬਲਦੇਵ ਹੋਰ ਆ। ਉਹ ਕੀ ਆ, ਉਹਨਾਂ ਨੇ ਕੋਈ ਅਪਰਾਧ ਕੀਤਾ, ਉਹਨਾਂ 'ਤੇ ਕੋਈ ਕੇਸ ਦਰਜ ਆ ਜਾਂ ਕੁਛ ਹੈ ਗਿਆ, ਉਹ ਜਦੋਂ ਉਹ ਸੂਚੀ ਕੱਢਦੇ ਆ, ਹਾਂ ਇਹਦੇ ਵਿੱਚ ਸਾਫ਼ ਹੈਗਾ ਕਿ ਹਰ ਬਲਦੇਵ ਸਿੰਘ ਦਾ ਜਿਹੜਾ ਹੈਗਾ ਉਹ ਡੇਟ ਆਫ ਬਰਥ ਵੱਖਰੀ ਹੈ, ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਚਾਹੀਦੀ। ਹੁਣ ਉੱਥੇ ਜਿਹੜਾ ਹੈਗਾ ਜਿਹਦਾ ਤਾਂ ਕੋਈ ਅੱਗੇ ਹੁੰਦਾ ਉਹ ਆਪਣਾ ਉਹ ਬਣਾ ਕੇ ਰੱਖਦਾ ਵਾ ਵੀ ਮੈਂ ਉਹ ਬਲਦੇਵ ਸਿੰਘ ਨਹੀਂ ਜਿਹੜਾ ਇਸ ਸੂਚੀ 'ਚ, ਉਹ ਦਿਖਾ ਦਿਓ ਤੇ ਉਹ ਚਲੇ ਜਾਣ ਦਿੰਦੇ ਆ, ਜਿਹੜਾ ਨਹੀਂ ਆ। ਤੇ ਹੁਣ ਉਹ ਪਰੂਫ ਕਿਹੜਾ ਕਰੇ ਵੀ ਪਏਗਾ, ਉਹ ਕਹਿੰਦੇ ਤੂੰ ਵੀ ਬਲਦੇਵ ਸਿੰਘ ਹੋ ਕੇ ਤੇ ਰੌਲਾ ਪਾ ਕੇ ਦੂਸਰੇ ਦਿਨ ਡੇਟ ਆਫ ਬਰਥ ਦਿਖਾ ਕੇ ਇਹ ਨਿਕਲ ਜਾਵੇ, ਉਹ ਉਹਨੂੰ ਜਿਹੜਾ ਹੈਗਾ ਰੋਕ ਲਓ। ਕਹਿੰਦੇ ਇੱਦਾਂ ਹੀ ਇਹਦੇ ਨਾਲ ਗਿਆ, ਦੱਸਿਆ ਉਹਨਾਂ ਨੇ ਵੀ ਰਹਿ ਕੇ ਵਾਪਸ ਆ ਰਿਹਾ ਸੀ ਆਪਣੇ ਟਾਈਮ ਵਿੱਚ ਆ ਰਿਹਾ ਸੀ, ਪਰ ਉਹਨੂੰ ਜਦੋਂ ਜਹਾਜ਼ ਦੇ ਵਿੱਚੋਂ ਵਾਪਸ ਲੈ ਗਿਆ, ਜੋ ਵਕੀਲ ਦੱਸਦੇ ਆ ਜੋ ਜਦੋਂ ਤੋਂ ਅਸੀਂ ਇਹਨਾਂ ਨੇ ਸਾਡੇ ਕੋਲੇ ਬੱਚੇ ਆਏ, ਕਹਿੰਦੇ ਬਾਬਾ ਜੀ ਡੈਡੀ ਤਾਂ ਉੱਥੇ ਬਾਹਰ ਫਸ ਗਿਆ। ਕਹਿੰਦੇ ਕਿੱਥੇ ਫਸ ਗਿਆ? ਕਹਿੰਦੇ ਜੀ ਫਲਪਾਈਨ 'ਚ। ਠੀਕ ਹੈ, ਉਹ ਗਿਆ ਕਦੋਂ? ਸਾਨੂੰ ਤਾਂ ਵੀ ਨਹੀਂ ਪਤਾ ਸੀ। ਫਿਰ ਇਹਨਾਂ ਨੇ ਦੱਸਿਆ, ਫਿਰ ਅਸੀਂ ਉਹਦੀ ਜਿਹੜੀ ਹੈਗੀ ਆ ਪੜਤਾਲ ਸ਼ੁਰੂ ਕੀਤੀ। ਉੱਥੇ ਨੌਜਵਾਨ ਹੈਗਾ ਜਗਮੋਹਨ ਸਿੰਘ, ਉਹ ਕੰਮ ਕਰਦਾ ਸੀ ਕਾਫੀ, ਇਹਦਾ ਪਾਸਪੋਰਟ ਜਾਂ ਹੋਰ ਜਿਹੜੇ ਹੈਗੇ ਇਹੋ ਜਿਹੇ ਉਹਨਾਂ ਦੀ ਇਮੀਗ੍ਰੇਸ਼ਨ ਦੇ ਕੰਮ ਉਹ ਕਰਦਾ ਉਹਦੇ, ਉਹਨੂੰ ਕਿਹਾ ਵੀ ਇਹਦੀ ਆਪਾਂ ਬੰਦੇ ਦੀ ਪੁੱਛ ਗਿੱਛ ਪੜਤਾਲ ਕਰਨੀ। ਉਹਨੇ ਪੜਤਾਲ ਕੀਤੀ, ਪੜਤਾਲ ਵਿੱਚ ਆਇਆ ਵੀ ਇਹ ਜਿਹੜਾ ਬੰਦਾ ਵਾ ਇਹਦੇ ਉੱਤੇ ਦੋ ਕੇਸ ਆ। ਫਿਰ ਇਹਨਾਂ ਨੇ ਉਹ ਜਿਹੜਾ ਵਕੀਲ ਕੀਤਾ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਜੋ ਵੀ ਇਹਦਾ ਖਰਚਾ ਹੋਊਗਾ ਅਸੀਂ ਦੇਵਾਂਗੇ, ਤੇ ਤੁਸੀਂ ਇਹ ਬੰਦੇ ਨੂੰ ਬਾਹਰ ਲਿਆ, ਆਪਾਂ ਜਿਹੜਾ ਹੈਗਾ ਲਿਆਉਣਾ, ਇਹਨੇ ਅਪਰਾਧ ਕੋਈ ਨਹੀਂ ਕੀਤਾ। ਸੋ ਉੱਥੇ ਪਤਾ ਲੱਗਾ ਕਿ ਇਹ ਉਹਨਾਂ ਨੇ ਉਹ ਜਿਸ ਤਰ੍ਹਾਂ ਸੇਮ ਦੇਖਿਆ ਕਿ ਇਹ ਬਲਦੇਵ ਸਿੰਘ ਆ, ਤੇ ਉਹਨੂੰ ਕਿਤੇ ਪੁੱਛਿਆ ਹੋਊਗਾ ਵਕੀਲ ਦਾ ਕਿਹੜਾ ਇਹ ਕੋਈ ਇਹਦੀ ਪਾਸਾ ਜਾਣਦਾ, ਉਹਨਾਂ ਨੇ ਤਾਂ ਕਿਤੇ ਇਹਨੂੰ ਪੁੱਛਿਆ ਬਈ ਤੂੰ ਅਪਰਾਧ ਕੀਤਾ, ਵੀ ਬਲਦੇਵ ਸਿੰਘ ਤੁਸੀਂ ਆ ਜਿਹਨੇ ਅਪਰਾਧ ਕੀਤਾ। ਉਹ ਇਹਨੇ ਕਿਹਾ ਵੀ ਮੈਨੂੰ ਪੁੱਛਦੇ ਆ ਵੀ ਬਲਦੇਵ ਵੀ ਤੁਸੀਂ ਹੋ ਬਲਦੇਵ ਸਿੰਘ, ਇਹਨੇ ਸਿਰ ਹਿਲਾ ਦਿੱਤਾ, ਬਲਦੇਵ ਨਾਂ ਤੋਂ ਸੁਣਿਆ ਤਾਂ ਉਹਨੇ ਬਲਦੇਵ ਆਪਾਂ ਕਹਿੰਦੇ ਨੇ ਮੇਰਾ ਨਾਮ ਵਿੱਚ ਲਿਆ ਵੀ ਬਈ ਬਲਦੇਵ ਸਿੰਘ। ਸੋ ਉਹਨੇ ਜਦੋਂ ਉਹ ਹੋ ਗਿਆ ਤਾਂ ਉਹਨਾਂ ਨੇ ਉਹ ਜਿਹੜੀ ਸੀਗੀ ਉਹਦੀ ਅਪਰਾਧ ਦੀ ਸਜ਼ਾ ਸੀਗੀ ਇਹਨਾਂ ਨੂੰ ਦੇ ਕੇ, ਤੇ ਇਹਨੂੰ ਇੱਕ ਨਹੀਂ ਸੀ ਉਹਦੇ ਦੋਈ ਸਹੀ ਪਰਚੇ ਦਰਜ ਸੀ, ਇਹਨਾਂ ਨੂੰ ਦੋਹਾਂ ਥਾਵਾਂ ਤੋਂ ਉਹ ਜਿਹੜੀ ਆ ਉਹ ਸਜ਼ਾ ਹੋ ਗਈ। ਸਜ਼ਾ ਹੋਣ ਤੇ ਫਿਰ ਇਹਨੂੰ ਜਦੋਂ ਪਤਾ ਲੱਗਾ ਤੇ ਫਿਰ ਜਦੋਂ ਉਦੋਂ ਤੱਕ ਜਿੱਦਾਂ ਹੁਣ ਚੰਗਾ ਭਲਾ ਬੰਦਾ ਆਪਣੇ ਹਰ ਗੱਲ ਕਰ ਰਿਹਾ, ਹੁਣ ਵੀ ਬੇਚੈਨ ਹੋ ਜਾਂਦਾ ਜਾਂ ਉਹਨੂੰ ਬੜਾ ਹੈਗਾ, ਕਿਉਂਕਿ ਅੰਦਰ ਜਦੋਂ ਨਿਹਾਕਾ ਕੋਈ ਉੱਥੇ ਅੰਦਰ ਬੈਠੇ ਤਾਂ ਉਹਦੀ ਹਾਲਤ ਕੀ ਬਣਦੀ ਹੈ। ਸੋ ਅਸੀਂ ਫਿਰ ਉਹਨਾਂ ਨੂੰ ਜਦੋਂ ਇਹਨਾਂ ਨੂੰ ਉੱਥੋਂ ਉਹਦੇ ਤੋਂ ਕੋਰਟ 'ਚੋਂ ਕਿਹਾ ਵੀ ਇਹ ਜਿਹੜੇ ਹੈਗੇ ਆ ਇਹਨਾਂ ਨੂੰ ਮਤਲਬ ਉਹ ਨਹੀਂ, ਉਹ ਕਹਿੰਦੇ ਵੀ ਇੱਕ ਸਾਲ ਤੁਸੀਂ ਫਿਰ ਇਹਨੂੰ ਇੱਥੇ ਰਹਿਣਾ ਪਊਗਾ, ਵੀ ਕਿਤੇ ਤੁਸੀਂ ਫਰਾਡ ਕਰਕੇ ਨਿਕਲ ਜਾਵੇ, ਜਿੱਦਾਂ ਅਦਾਲਤ ਦੀ ਸੋਚ ਆ, ਉਹ ਤਾਂ ਆਪਣੇ ਤਰੀਕੇ ਨਾਲ ਚੱਲਦੇ ਆ, ਕਿਉਂਕਿ ਇੱਧਰ ਪੈਰਵਾਈ ਵੀ ਕੋਈ ਕਰਨ ਵਾਲਾ ਕੋਈ ਨਹੀਂ ਸੀ। ਇੱਕ ਸਾਲ ਰੁਕਣਾ ਸੀ, ਉਦੋਂ ਕੋਰੋਨਾ ਆ ਗਿਆ, ਕੋਰੋਨਾ ਦੇ ਵਿੱਚ ਜਿਹੜਾ ਸੀਗਾ ਉਹ ਫਿਰ ਇਹਦਾ ਕੇਸ ਜਿਹੜਾ ਸੀਗਾ ਡਿਲੇ ਹੋ ਗਿਆ, ਉਦੋਂ ਸਭ ਕੁਛ ਸਿਸਟਮ ਬੰਦ ਹੋ ਗਿਆ। ਹੁਣ ਬਾਅਦ ਦੇ ਵਿੱਚ ਜਦੋਂ ਹੁਣ ਅਸੀਂ ਫਲਪਾਈਨ 'ਚ ਫਰਵਰੀ 'ਚ ਜਾ ਕੇ ਆਏ,
असि उस आप अंबेसडर भी मिले सी उन्होंने भी बड़ी कोशिश की थी है तो यह जरा है सारा वो जगमोहन सिंह तो जिन्हें भी इन्होंने साथी से उन्होंने मेहनत करके जरा है वकीलों ने भी जाके बच्चे अज इन्होंने इन्होंने बाप मिल गया तो उन्होंने समस्या ही लैके अगे भी उत्थे जाने अगे मिलते रहने जिन्हें भी अंबेसडर आए असि उन्होंने उस एरिए लोगों भी लैके जाने तो लोगों भी असि उत्थे कहने भी ये थोड़े सहायक आ जे थोनू कोई दुख दर्द है तो इन्होंने दसो हूँ कई बार होंगे कि बंदा जरा है ये चीज का कोई पिछा करने वाला हो दसा हो जी चीज वकील ने मगर होके की उदा हूँ जिद मर्जी कही जाओ बंद ने आकर तो कौन पुछता सो वो जरा है वो जी है ये समस्या होर भी है होरना भी लागू होंगी है तो असी ये उत्ते एक तो असं उन्होंने धन्यवाद करते हैं कि उन्होंने जी है साढ़े विदेश मंत्रालय ने इन्हों समय सिर इन्होंने आप पासपोर्ट बना के सारा कुछ भेजा उसे असं उन्होंने ये भी कहने कि यहोजे पता नहीं होर वेखना वो कहने सजा कुछ नहीं की थी पर उन्होंने जिनी सी सजा तो यह साबित करने वास्ते भी ये बलदेव सो मैं वो नहीं जिन्हें अपराध किया सजा वो ये साबित करने में टाइम लगा तो हूँ चलो जिन्ना भी देर आए दुरुस्त आए जवाब देना पौगा जो अस चिट्ठी पावे इन्होंने जवाब देना पौगा सो पर जो है जो कोई है कई बार होंगे ने साडे जो है बंदा चले भी जाता बहुत उजा हर बंदा जरा है सही नहीं होंगे तो जरा है ये कई बार अपराध करके आप नहीं छुटवा सकते जो कोई अपराध करके आया वह सारा कुछ इधर तो बेगुनाह से तो उत्ते जी गल जो हम चन्ना फस जाता फिर तो उस वे ही होनी है वकील ही कर सकता और कोई उत्थे जा नहीं सकता वो भी अलाउ करे फिर यह हो गया फिर भी इन्हें ताकत नहीं किए कहना भी उन्होंने पूछा तेन हम भेज दिए वापस चिट्ठी लैके गया वो कहते जी मैं ताकत नहीं करने फिर डिले हो गया तो कई बार आता ना किस्मत आगे कि रखा वाहगुरु जान साल लगता काफी पांच छे साल किन्ने हो गए हाँ लगातार जो दो तीन साल तो अटेंड कर रहे हैं पर हम मारे ने कृपा की आप भी मिल के आए थे असं धन्यवाद भी करते हैं बहुत यहोजे केस है जेडे बाहर जेडे है जिस तरह लड़किया की गल की है वह भी कई बार उत्थे जाके गुरुद्वारिया के होर उ अपने रह रहे हैं उन्होंने थावान के उ जिथे कोई जी है पर उन्होंने कोई उन्होंने पिछा करने वाला जरा है उन्होंने सदन वाला जरा है उन्होंने माँ बाप की इधर या उन्होंने गल करने वाला नहीं साढ़े को जिन्हें भी जड़े है हम लगातार जिन्या उ सू बच्चों ने आण के दसिया कि असी तो आ गए हैं साढ़े अर्गे होर भी उत्थे असी उन्होंने सारे वैसे बेनती की है कि जिन्हें भी है जिन्हें भी उत्थे जाके आप देखो जिन्या भी लड़कियां उन्होंने जरा है इस करके लगातार जिन्हों का वह क्योंकि कुछ कई बार यहोजी होंगे कि कानूनी अड़चना होंगे जो कोई आया हो कानूनी अड़चना वो तो उतो होकर फिर आऊगा कुछ होंगे कि वह सारा कुछ होंगे उन्होंने सिर्फ बाहर पास पिछे लिया वाला कोई होने वाला हो कोशिश की है ये बहुत जरा अं कहने कि सारा कुछ हो सकता कि असं मैंबर पार्लीमेंट ना होंगे तो हो सकता कि होर भी डिले हो सकता सी तो वह असं कहने के फायदा मिले उन्होंने असीं धन्नवाद करते हैं भगवंत मान साहब का इन्होंने सानू जिहड़ा हैगा वो पेन जिहड़ा सीगा वो दिता जा वो सानू वो केजरीवाल साहब जिन्होंने सानू चुनिया कि बंदे नू भी असीं इस जिहड़ी हैगी आ इहदे सेवा विच लाइए तो होर कर सकदे सो कोशिश करांगे धन्नवाद भी करदे आ तो थोड़ा सारिआं दा असीं पत्रकार भाईचारे का जिन्हें भी जिहड़े हैगे आ सारिआं दा थोड़ा भी धन्नवाद करदे आ कि इहो जिहीआं जिहड़ीआं कहानियां वो असी बच्चों तक पहुंचन कि असी किस तरह उधर जाके रुलते हैं इतने असी मेहनत करिए अपना बिजनेस ही वधिया वधिया यह कारीगर जिन्हों आप कहने ना पर कई बार होंगे कि असं बाहर जाके शायद होर ज्यादा हो जाएंगे अमीर हो जाएंगे जो सा बिजनेस वधे
सो उसी लालच दे विच कोई इहो जिहा नहीं सी उत्थे जा के कम करन नहीं गया जां इहने कीता सिर्फ एक साधारण बंदा पर उत्थे लैंग्वेज दी बहुत फर्क कई मुल्क जिदा हुण समझदे आ वी अपना इहो जिहे सारे नहीं मुल्क जी। थैंक यू।